ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ WFI ਯਾਨੀ ਕਿ ਭਾਰਤੀ ਕੁਸ਼ਤੀ ਸੰਘ ਦੀ ਨਵੀਂ ਚੁਣੀ ਹੋਈ ਸਾਰੀ ਟੀਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜੀ ਹਾਂ, ਖਿਡਾਰੀਆਂ ਦੇ ਵਿਰੋਧ ਤੋਂ ਬਾਅਦ WFI ਦੇ ਉੱਤੇ ਵੱਡਾ ਐਕਸ਼ਨ ਕੀਤਾ ਗਿਆ ਹੈ। ਖੇਡ ਮੰਤਰਾਲੇ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ ਹੈ ਅਤੇ WFI ਦੀ ਪੂਰੀ ਨਵੀਂ ਟੀਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਤਾਂ ਬੀਤੇ 11 ਮਹੀਨਿਆਂ ਤੋਂ ਵਿਵਾਦ ਚੱਲ ਰਿਹਾ ਸੀ WFI ਦੇ ਨਾਲ ਖਿਡਾਰੀਆਂ ਦਾ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਸਾਕਸ਼ੀ ਮਲਿਕ ਦੇ ਵੱਲੋਂ ਬੀਤੇ ਦਿਨੀ ਆਪਣਾ ਸੰਨਿਆਸ ਲਿਆ ਗਿਆ ਸੀ ਕੁਸ਼ਤੀ ਤੋਂ, ਅਤੇ ਇਸ ਤੋਂ ਬਾਅਦ ਬਜਰੰਗ ਪੂਨੀਆ ਪਹਿਲਵਾਨ ਦੇ ਵੱਲੋਂ ਵੀ ਆਪਣਾ ਜੋ ਅਵਾਰਡ ਸੀ ਉਹ ਵਾਪਸ ਕਰ ਦਿੱਤਾ ਗਿਆ ਸੀ। ਤਾਂ ਪਦਮ ਸ਼੍ਰੀ ਪੁਰਸਕਾਰ ਬਜਰੰਗ ਪੂਨੀਆ ਦੇ ਵੱਲੋਂ ਵਾਪਸ ਕਰ ਦਿੱਤਾ ਗਿਆ ਸੀ ਅਤੇ ਦੂਜੇ ਪਾਸੇ ਸਾਕਸ਼ੀ ਮਲਿਕ ਦੇ ਵੱਲੋਂ ਸੰਨਿਆਸ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਖੇਡ ਮੰਤਰਾਲੇ ਦਾ ਇਹ ਵੱਡਾ ਐਕਸ਼ਨ ਸਾਹਮਣੇ ਆਉਂਦਾ ਹੈ। WFI ਭਾਰਤੀ ਕੁਸ਼ਤੀ ਸੰਘ ਦੀ ਸਾਰੀ ਟੀਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ WFI ਦੇ ਨਵੇਂ ਪ੍ਰੈਜ਼ੀਡੈਂਟ ਸੰਜੇ ਸਿੰਘ ਦੇ ਚੁਣੇ ਜਾਣ 'ਤੇ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਸਾਕਸ਼ੀ ਮਲਿਕ ਮੀਡੀਆ ਦੇ ਵਿੱਚ ਆਉਂਦੀ ਹੈ ਅਤੇ ਰੋਂਦੀ ਹੋਈ ਐਲਾਨ ਕਰਦੀ ਹੈ ਕਿ ਉਹ ਸੰਨਿਆਸ ਲਵੇਗੀ ਅਤੇ ਇਸ ਦੇ ਨਾਲ ਹੀ ਆਪਣੇ ਜੋ ਸ਼ੂਜ਼ ਹੈ ਉੱਥੇ ਉਤਾਰ ਕੇ ਟੇਬਲ ਦੇ ਉੱਤੇ ਰੱਖ ਦਿੰਦੀ ਹੈ। ਅਤੇ ਜਿਸ ਤੋਂ ਬਾਅਦ ਵਿਵਾਦ ਭੱਖ ਗਿਆ ਸੀ, ਬਜਰੰਗ ਪੂਨੀਆ ਦੇ ਵੱਲੋਂ ਵੀ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਸੜਕ ਦੇ ਉੱਤੇ ਆਪਣਾ ਪੁਰਸਕਾਰ ਰੱਖ ਕੇ ਆਈ ਸੀ ਬਜਰੰਗ ਪੂਨੀਆ, ਜਿਸ ਤੋਂ ਬਾਅਦ ਇਹ ਖੇਡ ਮੰਤਰਾਲੇ ਦਾ ਵੱਡਾ ਐਕਸ਼ਨ ਲਿਆ ਗਿਆ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ ਜੋ ਐਕਸ਼ਨ ਹੈ ਇਹ ਜੋ ਚੋਣਾਂ ਨੇ ਉਹਨਾਂ ਦੇ ਮੱਦੇਨਜ਼ਰ ਲਿਆ ਗਿਆ ਹੈ ਅਤੇ ਉਹਨਾਂ ਦੇ ਵਿੱਚ ਪਾਰਦਰਸ਼ਤਾ ਨਹੀਂ ਸੀ, ਜਿਸ ਨੂੰ ਲੈ ਕੇ ਇਹ ਐਕਸ਼ਨ ਲਿਆ ਗਿਆ ਹੈ। ਅਤੇ ਦੂਜੇ ਪਾਸੇ ਦੱਸ ਦਈਏ ਕਿ 3 ਦਿਨ ਹੀ ਹੋਏ ਸੀ ਜੋ ਇਲੈਕਸ਼ਨ ਹੋਏ ਸੀ, ਉਸ ਤੋਂ ਬਾਅਦ ਸੰਜੇ ਸਿੰਘ ਜੋ ਕਿ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਕਰੀਬੀ ਮੰਨੇ ਜਾਂਦੇ ਨੇ, ਉਹਨਾਂ ਨੂੰ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ ਭਾਰਤੀ ਕੁਸ਼ਤੀ ਸੰਘ ਦਾ, ਅਤੇ ਜਿਸ ਨੂੰ ਲੈ ਕੇ ਖਿਡਾਰੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਸੀ ਕਿਉਂਕਿ ਬ੍ਰਿਜਭੂਸ਼ਣ ਸ਼ਰਨ ਦੇ ਖਿਲਾਫ ਪਹਿਲਾਂ ਹੀ ਖਿਡਾਰੀ ਸੀ ਉਹਨਾਂ ਦੇ ਵੱਲੋਂ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਸੀ। ਸਾਕਸ਼ੀ ਮਲਿਕ ਪਹਿਲਵਾਨ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਬ੍ਰਿਜਭੂਸ਼ਣ ਦੇ ਖਿਲਾਫ ਕਿ ਉਹਨਾਂ ਦਾ ਸ਼ੋਸ਼ਣ ਕੀਤਾ ਗਿਆ, ਜਿਸ ਤੋਂ ਬਾਅਦ ਬੀਤੇ 11 ਮਹੀਨਿਆਂ ਤੋਂ ਕਈ ਖਿਡਾਰੀ ਉਹਨਾਂ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਹੇ ਸੀ, ਜਿਸ ਤੋਂ ਬਾਅਦ ਬ੍ਰਿਜਭੂਸ਼ਣ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ, ਸਸਪੈਂਡ ਕਰ ਦਿੱਤਾ ਗਿਆ ਸੀ। ਅਤੇ ਉਸ ਤੋਂ ਬਾਅਦ ਨਵੇਂ ਇਲੈਕਸ਼ਨ ਹੋਏ ਸੀ WFI ਦੇ, ਜਿਸ ਦੇ ਵਿੱਚ ਸੰਜੇ ਸਿੰਘ ਜੋ ਕਿ ਬ੍ਰਿਜਭੂਸ਼ਣ ਦੇ ਕਰੀਬੀ ਨੇ ਉਹਨਾਂ ਨੂੰ ਪ੍ਰੈਜ਼ੀਡੈਂਟ ਬਣਾਇਆ ਜਾਂਦਾ, ਤਾਂ ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਹੈ। 3 ਦਿਨ ਪਹਿਲਾਂ ਜਦੋਂ ਸੰਜੇ ਸਿੰਘ ਦੇ ਨਾਮ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਸਾਕਸ਼ੀ ਮਲਿਕ ਦੇ ਵੱਲੋਂ ਐਲਾਨ ਕਰ ਦਿੱਤਾ ਜਾਂਦਾ ਹੈ ਸੰਨਿਆਸ ਦਾ, ਉਸਦੇ ਵੱਲੋਂ ਕਿਹਾ ਜਾਂਦਾ ਹੈ ਕਿ ਬ੍ਰਿਜਭੂਸ਼ਣ ਵਰਗੇ ਜੋ ਵਿਅਕਤੀ ਨੇ ਉਹੀ ਕੁਸ਼ਤੀ ਦੇ ਵਿੱਚ ਰਹਿਣਗੇ, ਸਾਡੇ ਵਰਗੇ ਵਿਅਕਤੀ ਕੁਸ਼ਤੀ ਦੇ ਵਿੱਚ ਨਹੀਂ ਰਹਿ ਸਕਦੇ। ਤਾਂ ਸਾਕਸ਼ੀ ਮਲਿਕ ਦੇ ਵੱਲੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਖਬਰ ਸਾਹਮਣੇ ਆਈ ਹੈ ਕਿ ਖੇਡ ਮੰਤਰਾਲੇ ਨੇ ਵੱਡਾ ਐਕਸ਼ਨ ਲਿਆ ਹੈ ਅਤੇ ਸੰਜੇ ਸਿੰਘ ਦੇ ਸਮੇਤ ਪੂਰੀ WFI ਦੀ ਟੀਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਤਾਂ ਸੰਜੇ ਸਿੰਘ ਨੂੰ 47 ਦੇ ਵਿੱਚੋਂ 40 ਵੋਟਾਂ ਪਈਆਂ ਸੀ, ਜਿਸ ਤੋਂ ਬਾਅਦ ਸੰਜੇ ਸਿੰਘ ਨੂੰ WFI ਦਾ ਪ੍ਰੈਜ਼ੀਡੈਂਟ ਚੁਣਿਆ ਗਿਆ ਸੀ। ਪਰ ਵਿਵਾਦ ਹੋ ਗਿਆ ਕਿਉਂਕਿ ਸੰਜੇ ਸਿੰਘ ਬ੍ਰਿਜਭੂਸ਼ਣ ਦੇ ਕਰੀਬੀ ਮੰਨੇ ਜਾਂਦੇ ਨੇ, ਜਿਸ ਦੇ ਖਿਲਾਫ ਬੀਤੇ ਕਾਫੀ ਸਮੇਂ ਤੋਂ ਖਿਡਾਰੀਆਂ ਦੇ ਵੱਲੋਂ ਰੋਸ ਕੀਤਾ ਜਾ ਰਿਹਾ ਸੀ, ਖਿਡਾਰੀਆਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਸਾਕਸ਼ੀ ਮਲਿਕ ਸਾਹਮਣੇ ਆਉਂਦੀ ਹੈ। ਸਾਕਸ਼ੀ ਮਲਿਕ ਦੇ ਵੱਲੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਜਾਂਦਾ ਹੈ, ਦੂਜੇ ਪਾਸੇ ਬਜਰੰਗ ਪੂਨੀਆ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਦਿੰਦੇ ਨੇ ਅਤੇ ਦੂਜੇ ਪਾਸੇ ਗੂੰਗਾ ਪਹਿਲਵਾਨ ਵੀ ਐਲਾਨ ਕਰ ਦਿੰਦੇ ਨੇ ਕਿ ਪਦਮ ਸ਼੍ਰੀ ਪੁਰਸਕਾਰ ਉਹ ਵੀ ਵਾਪਸ ਕਰ ਦੇਣਗੇ, ਉਹ ਆਪਣੀਆਂ ਭੈਣਾਂ ਦੇ ਨਾਲ ਖੜਨਗੇ, ਉਹਨਾਂ ਦੇ ਨਾਲ ਜੇਕਰ ਸ਼ੋਸ਼ਣ ਹੁੰਦਾ ਹੈ ਤਾਂ ਇਹੋ ਜਿਹੇ ਵਿਅਕਤੀਆਂ ਨੂੰ ਕੁਸ਼ਤੀ ਸੰਘ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ। ਤਾਂ ਇਸ ਨੂੰ ਲੈ ਕੇ ਖਿਡਾਰੀਆਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਸੀ, ਜਿਸ ਦੇ ਮੱਦੇਨਜ਼ਰ ਅੱਜ ਇਹ ਜੋ ਫੈਸਲਾ ਆਇਆ ਮੰਨਿਆ ਜਾ ਰਿਹਾ ਕਿ
ਕਿਤੇ ਨਾ ਕਿਤੇ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਨਾਲ ਜੋੜ ਕੇ ਇਸ ਨੂੰ ਦੇਖਿਆ ਜਾ ਰਿਹਾ, ਪਰ ਦੂਜੇ ਪਾਸੇ ਜੋ ਕਿਹਾ ਜਾ ਰਿਹਾ ਕਿ ਜੋ ਇਲੈਕਸ਼ਨ ਹੋਈ ਸੀ, ਜੋ ਚੋਣ ਹੋਈ ਸੀ WFI ਦੀ ਟੀਮ ਦੀ, ਤਾਂ ਉਸ ਟੀਮ ਦੇ ਵਿੱਚ ਪਾਰਦਰਸ਼ਤਾ ਨਹੀਂ ਸੀ, ਚੋਣਾਂ ਦੇ ਵਿੱਚ ਪਾਰਦਰਸ਼ਤਾ ਨਾ ਹੋਣ ਦੇ ਚਲਦੇ ਇਹ ਐਕਸ਼ਨ ਲਿਆ ਗਿਆ ਹੈ। ਅਤੇ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਜੋ ਟੀਮ ਚੁਣੀ ਗਈ ਸੀ WFI ਸੰਘ ਦੀ ਨਵੀਂ ਟੀਮ ਜੋ ਚੁਣੀ ਗਈ ਸੀ, ਉਸ ਦੇ ਵਿੱਚ ਕਈ ਵਿਅਕਤੀ ਉਮਰ ਦਰਾਜ਼ ਸੀ, ਕਈ ਵਿਅਕਤੀ ਉਮਰ ਹੱਦ ਤੋਂ ਜ਼ਿਆਦਾ ਉਮਰ ਸੀ, ਜਿਸ ਦੇ ਚਲਦੇ ਇਹ ਐਕਸ਼ਨ ਲਿਆ ਗਿਆ ਅਤੇ ਜਿਸ ਦੇ ਚਲਦੇ ਪੂਰੀ ਟੀਮ ਨੂੰ ਸਸਪੈਂਡ ਕਰ ਦਿੱਤਾ ਗਿਆ। ਤਾਂ ਹੁਣ WFI ਦੇ ਦੁਬਾਰਾ ਇਲੈਕਸ਼ਨ ਕਦੋਂ ਹੋਣਗੇ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਵੱਡਾ ਐਕਸ਼ਨ ਖੇਡ ਮੰਤਰਾਲੇ ਦਾ ਦੇਖਣ ਨੂੰ ਮਿਲਿਆ ਹੈ। ਖੇਡ ਮੰਤਰਾਲੇ ਦੇ ਵੱਲੋਂ WFI ਦੀ ਪੂਰੀ ਟੀਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਤਾਂ ਮੰਨਿਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਖਿਡਾਰੀਆਂ ਵੱਲੋਂ ਜੋ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਸੀ, ਉਹਨਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ, ਕਿਉਂਕਿ ਖਿਡਾਰੀਆਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਸੀ। ਬੀਤੇ 11 ਮਹੀਨਿਆਂ ਤੋਂ ਖਿਡਾਰੀ ਸੜਕਾਂ ਦੇ ਉੱਤੇ ਬੈਠੇ ਸੀ, ਉਹਨਾਂ ਦੇ ਵੱਲੋਂ ਸੜਕਾਂ ਦੇ ਉੱਤੇ ਬੈਠ ਕੇ ਜੰਤਰ ਮੰਤਰ ਦੇ ਉੱਤੇ ਧਰਨਾ ਲਾਇਆ ਗਿਆ ਸੀ ਬ੍ਰਿਜ ਭੂਸ਼ਣ ਦੇ ਖਿਲਾਫ, ਅਤੇ ਜਦੋਂ ਉਸਦੇ ਹੀ ਸਾਥੀ ਨੂੰ WFI ਦਾ ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ, ਤਾਂ ਇਸਦੇ ਖਿਲਾਫ ਖਿਡਾਰੀਆਂ ਦੇ ਵੱਲੋਂ ਪ੍ਰੋਟੈਸਟ ਇੱਕ ਵਾਰ ਫਿਰ ਕੀਤਾ ਗਿਆ ਅਤੇ ਆਪਣੇ ਅਵਾਰਡ ਤੱਕ ਵਾਪਸ ਕਰ ਦਿੱਤੇ ਗਏ। ਸਾਕਸ਼ੀ ਮਲਿਕ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੰਨਿਆਸ ਦਾ, ਅਤੇ ਦੂਜੇ ਪਾਸੇ ਬਜਰੰਗ ਪੂਨੀਆ ਦੇ ਵੱਲੋਂ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਦਿੱਤਾ ਗਿਆ। ਗੂੰਗਾ ਪਹਿਲਵਾਨ ਦੇ ਵੱਲੋਂ ਵੀ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਗਿਆ। ਤਾਂ ਖਿਡਾਰੀਆਂ ਦੇ ਵੱਲੋਂ ਲਗਾਤਾਰ ਰੋਸ ਪ੍ਰਗਟਾਇਆ ਜਾ ਰਿਹਾ ਸੀ, ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਸੀਂ ਵਿਦੇਸ਼ਾਂ ਦੀ ਧਰਤੀ 'ਤੇ ਜਾ ਕੇ ਖੇਡਦੇ ਹਾਂ, ਪਰ ਉੱਥੇ ਕਦੀ ਅਸੀਂ ਹਾਰ ਕੇ ਨਹੀਂ ਆਉਂਦੇ, ਪਰ ਜਦੋਂ ਆਪਣੇ ਹੀ ਦੇਸ਼ ਦੇ ਵਿੱਚ ਸਾਨੂੰ ਰਾਜਨੀਤੀ ਦੇ ਕਰਕੇ ਇਸ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਸਵਾਲ ਵੀ ਚੁੱਕੇ ਗਏ ਸੀ ਕਈ ਨੇਤਾਵਾਂ ਦੇ ਵੱਲੋਂ, ਕਈ ਭਾਜਪਾ ਦੇ ਸੰਸਦ ਮੈਂਬਰਾਂ ਦੇ ਵੱਲੋਂ ਕਿ ਇਹ ਖਿਡਾਰੀ ਰਾਜਨੀਤੀ ਕਰ ਰਹੇ ਨੇ, ਖਿਡਾਰੀਆਂ ਦੇ ਵੱਲੋਂ ਆਪਣੀ ਖੇਡ 'ਤੇ ਧਿਆਨ ਦੇਣਾ ਚਾਹੀਦਾ, ਇਹ ਰਾਜਨੀਤੀ ਵੱਲ ਉਹਨਾਂ ਨੂੰ ਧਿਆਨ ਨਹੀਂ ਦੇਣਾ ਚਾਹੀਦਾ। ਅਤੇ ਦੂਜੇ ਜਦੋਂ ਸਾਕਸ਼ੀ ਮਲਿਕ ਦੇ ਵੱਲੋਂ ਆਪਣੇ ਸੰਨਿਆਸ ਦਾ ਐਲਾਨ ਕੀਤਾ ਜਾਂਦਾ ਹੈ, ਤਾਂ ਪ੍ਰਿਯੰਕਾ ਗਾਂਧੀ ਵੀ ਉਹਨਾਂ ਨੂੰ ਮਿਲਣ ਪਹੁੰਚਦੀ ਹੈ, ਜਿਸ ਤੋਂ ਬਾਅਦ ਭਾਜਪਾ ਨੇਤਾਵਾਂ ਦੇ ਵੱਲੋਂ ਨਿਸ਼ਾਨੇ ਲਾਏ ਜਾਂਦੇ ਨੇ ਸਾਕਸ਼ੀ ਮਲਿਕ ਦੇ ਉੱਤੇ ਅਤੇ ਖਿਡਾਰੀਆਂ ਦੇ ਉੱਤੇ, ਅਤੇ ਕਿਹਾ ਜਾਂਦਾ ਹੈ ਕਿ ਇਹ ਕਾਂਗਰਸ ਦੀ ਗੋਦ ਦੇ ਵਿੱਚ ਬੈਠ ਕੇ ਖੇਡ ਰਹੇ ਨੇ, ਇਹਨਾਂ ਨੂੰ ਆਪਣੀ ਖੇਡ 'ਤੇ ਧਿਆਨ ਦੇਣਾ ਚਾਹੀਦਾ ਹੈ, ਨਾ ਕਿ ਰਾਜਨੀਤੀ ਵੱਲ। ਪਰ ਦੂਜੇ ਪਾਸੇ ਹੁਣ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ, ਖੇਡ ਮੰਤਰਾਲੇ ਦਾ ਵੱਡਾ ਐਕਸ਼ਨ ਆਇਆ ਹੈ, ਔਰ ਖੇਡ ਮੰਤਰਾਲੇ ਦੇ ਵੱਲੋਂ WFI ਦੀ ਪੂਰੀ ਟੀਮ ਨੂੰ ਸਸਪੈਂਡ ਕਰ ਦਿੱਤਾ ਗਿਆ, ਪੂਰੀ ਟੀਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸੰਜੇ ਸਿੰਘ ਜੋ ਕਿ ਨਵੇਂ ਪ੍ਰੈਜ਼ੀਡੈਂਟ ਸੀ, ਜੋ ਕਿ ਬ੍ਰਿਜਭੂਸ਼ਣ ਸ਼ਰਨ ਦੇ ਕਰੀਬੀ ਮੰਨੇ ਜਾਂਦੇ ਨੇ, ਉਹਨਾਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ। ਅਤੇ ਬੀਤੇ 3 ਦਿਨਾਂ ਦੇ ਵਿੱਚ ਸੰਜੇ ਸਿੰਘ ਵੱਲੋਂ ਜਿੰਨੇ ਵੀ ਫੈਸਲੇ ਲਏ ਗਏ ਸੀ, ਸਾਰਿਆਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ। ਤਾਂ ਸਾਕਸ਼ੀ ਮਲਿਕ ਦੇ ਵਿਰੋਧ ਤੋਂ ਬਾਅਦ, ਬਜਰੰਗ ਪੂਨੀਆ ਦੇ ਵਿਰੋਧ ਤੋਂ ਬਾਅਦ ਇਹ ਫੈਸਲਾ ਦੇਖਣ ਨੂੰ ਮਿਲਿਆ, ਅਤੇ ਉੱਥੇ ਹੀ ਵਿਨੇਸ਼ ਫੋਗਾਟ ਪਹਿਲਵਾਨ ਦੇ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਹੈ, ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਫੈਸਲਾ ਬਿਲਕੁਲ ਸਹੀ ਹੈ, ਦੇਰੀ ਨਾਲ ਆਇਆ ਫੈਸਲਾ ਹੈ, ਪਰ ਕਿਤੇ ਨਾ ਕਿਤੇ ਇਨਸਾਫ ਦੀ ਉਮੀਦ ਇੱਕ ਵਾਰ ਫਿਰ ਜਾਗ ਗਈ ਹੈ। ਤਾਂ ਪਹਿਲਵਾਨਾਂ ਲਈ ਇੱਕ ਕਿਤੇ ਨਾ ਕਿਤੇ ਰਾਹਤ ਦੀ ਖਬਰ ਹੈ, ਪਹਿਲਵਾਨਾਂ ਲਈ ਕਿਤੇ ਨਾ ਕਿਤੇ ਇਨਸਾਫ ਦੀ ਉਮੀਦ ਜਾਗੀ ਹੈ, ਕਿਉਂਕਿ ਇਹਨਾਂ ਦੇ ਵੱਲੋਂ ਬ੍ਰਿਜਭੂਸ਼ਣ ਸ਼ਰਨ ਦੇ ਖਿਲਾਫ ਇਲਜ਼ਾਮ ਲਗਾਏ ਗਏ ਸੀ, ਸ਼ੋਸ਼ਣ ਦੇ ਇਲਜ਼ਾਮ ਲਗਾਏ ਸੀ ਗਏ ਸੀ ਸਾਕਸ਼ੀ ਮਲਿਕ ਦੇ ਵੱਲੋਂ, ਜਿਸ ਨੂੰ ਲੈ ਕੇ ਖਿਡਾਰੀ ਸੜਕਾਂ 'ਤੇ ਉਤਰੇ ਸੀ, ਅਤੇ ਲਗਾਤਾਰ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਬੀਤੇ 11 ਮਹੀਨਿਆਂ ਤੋਂ, ਜਿਸ ਤੋਂ ਬਾਅਦ ਬ੍ਰਿਜਭੂਸ਼ਣ ਸ਼ਰਨ ਨੂੰ WFI ਦੇ ਪ੍ਰੈਜ਼ੀਡੈਂਟ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਅਤੇ ਉਸ ਤੋਂ ਬਾਅਦ ਜੋ ਨਵੀਂ ਚੋਣ ਹੋਈ ਉਸ ਦੇ ਵਿੱਚ ਬ੍ਰਿਜਭੂਸ਼ਣ ਸ਼ਰਨ ਦੇ ਕਰੀਬੀ ਸੰਜੇ ਸਿੰਘ ਨੂੰ ਚੁਣਿਆ ਜਾਂਦਾ ਹੈ, ਜਿਸ ਨੂੰ ਲੈ ਕੇ ਵਿਵਾਦ ਇੱਕ ਵਾਰੀ ਫਿਰ ਭਖ ਜਾਂਦਾ ਹੈ, ਜਿਸ ਤੋਂ ਬਾਅਦ
ਹੁਣ ਖੇਡ ਮੰਤਰਾਲੇ ਦਾ ਇਹ ਵੱਡਾ ਫੈਸਲਾ ਆਇਆ ਤੇ ਪੂਰੀ ਦੀ ਪੂਰੀ ਟੀਮ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਮਾਮਲੇ ਦੇ ਵਿੱਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਬ੍ਰਿਜਭੂਸ਼ਣ ਸ਼ਰਨ ਦੇ ਖਿਲਾਫ ਕੋਈ ਹੋਰ ਕਾਰਵਾਈ ਹੁੰਦੀ ਹੈ ਜਾਂ ਫਿਰ ਸੰਜੇ ਸਿੰਘ ਦੇ ਖਿਲਾਫ ਕੋਈ ਹੋਰ ਕਾਰਵਾਈ ਹੁੰਦੀ ਹੈ ਅਤੇ ਖਿਡਾਰੀਆਂ ਨੂੰ ਕਿਸ ਤਰ੍ਹਾਂ ਖੇਡ ਦੇ ਵਿੱਚ ਵਾਪਸ ਲਿਆਇਆ ਜਾਂਦਾ ਹੈ ਤੇ ਕਿਸ ਤਰ੍ਹਾਂ ਉਹਨਾਂ ਦਾ ਭਰੋਸਾ ਦੁਬਾਰਾ ਖੇਡ ਦੇ ਵਿੱਚ ਕਾਇਮ ਕੀਤਾ ਜਾਂਦਾ ਹੈ ਤਾਂ ਇਹ ਦੇਖਣ ਵਾਲਾ ਹੋਵੇਗਾ।